ਕੀਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀ ਭਰਤੀ ਦੀਆਂ ਜੋ ਤਿਆਰੀਆਂ ਸ਼ੁਰੂ ਕਰ ਰਹੇ ਨੇ ਸੋ ਉਹਨਾਂ ਲਈ ਖਾਸ ਕਰ ਇਹ ਵੀਡੀਓ ਹੈ ਜਿਹੜੇ ਕਿ ਮੇਰੇ ਵੀਰ ਹੁਣ ਪੰਜਾਬ ਪੁਲਿਸ ਦੀ ਜਿਹੜੀ ਰੀਜ਼ਨਿੰਗ ਤੇ ਇੰਗਲਿਸ਼ ਦੀ ਜਿਹੜੀ ਤਿਆਰੀ ਮੇਰੇ ਨਾਲ ਜੁੜ ਕੇ ਕਰ ਰਹੇ ਨੇ ਤੇ ਅੱਜ ਸ਼ਾਮ ਨੂੰ ਤੁਹਾਡੇ ਕੋਲ ਨੰਬਰ ਲੈਟਰ ਸੀਰੀਜ਼ ਰਿਲੇਟਡ ਅੱਜ ਵੀਡੀਓ ਆਪਾਂ ਅਪਲੋਡ ਕਰ ਦੇਣੀ ਹੈ ਕੱਲ ਮੈਂ ਅਪਲੋਡ ਕਰ ਤਾਂ ਨਹੀਂ ਸਕਿਆ ਕੱਲ ਕਿਉਂਕਿ ਆਊਟ ਆਫ ਸਟੇਸ਼ਨ ਚਲਾ ਗਿਆ ਸੀ ਤੇ ਅੱਜ ਸਵੇਰੇ ਹੀ ਵੇ ਮੁਰ ਕੇ ਆਇਆ ਠੀਕ ਹੈ ਜੀ ਕਿਉਂਕਿ ਆਪਾਂ ਕਰਦੇ ਨਾਲ ਥੋੜੀ ਜਿਹੀ ਆਪਣੀ ਰੁਟੀਨ ਬਣੀ ਹੁੰਦੀ ਹੈ ਤੇ ਉਸ ਕਰਕੇ ਆਪਾਂ ਨੂੰ ਜਾਣਾ ਪੈਂਦਾ ਸੋ ਇਸ ਕਰਕੇ ਮੈਂ ਅਪਲੋਡ ਕਰ ਨਹੀਂ ਸਕਿਆ ਵੀਡੀਓ ਸੋ ਅੱਜ ਸ਼ਾਮ ਤੱਕ ਜਲਦ ਹੀ ਤੁਹਾਨੂੰ ਵੀਡੀਓ ਅਪਲੋਡ ਮਿਲੇਗੀ ਰੀਜ਼ਨਿੰਗ ਦਾ ਜਿਹੜਾ ਨੰਬਰ ਲੈਟਰ ਸੀਰੀਜ਼ ਨਵਾਂ ਚੈਪਟਰ ਆਪਾਂ ਸ਼ੁਰੂ ਕਰਾਂਗੇ ਇਹ ਬੜਾ ਬੇਸਿਕ ਟ੍ਰਿਕਸ ਆਪਾਂ ਤੁਹਾਨੂੰ ਸਾਰਿਆਂ ਤੁਹਾਨੂੰ ਸਮਝਾਵਾਂਗੇ ਠੀਕ ਹੈ ਜੀ ਜ਼ੀਰੋ ਲੈਵਲ ਤੋਂ ਸ਼ੁਰੂ ਕਰਾਂਗੇ ਤੇ ਤੁਹਾਨੂੰ ਇਹ ਨੰਬਰ ਲੈਟਰ ਸੀਰੀਜ਼ ਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਆਵੇਗੀ ਜਦੋਂ ਤੁਸੀਂ ਪੇਪਰ ਦੇ ਵਿੱਚ ਬੈਠੇ ਹੋਵੋਗੇ ਪ੍ਰੋਪਰ ਵੇ ਨਾਲ ਤੁਹਾਨੂੰ ਇੱਕ ਇੱਕ ਸਮਝਾਇਆ ਜਾਵੇਗਾ ਠੀਕ ਹੈ ਜੀ ਤੇ ਮੈਥਡ ਦੱਸਿਆ ਜਾਵੇਗਾ ਕਿਵੇਂ ਉਹਨੂੰ ਸੋਲਵ ਕਰਨਾ ਹੈ ਸੋ ਮੇਰੇ ਵੀਰਾਂ ਨੂੰ ਬਸ ਮੈਂ ਇਹੀ ਕਿੰਨਾ ਵੀ ਜਿਹੜੀ ਸ਼ਾਮ ਦੀ ਵੀਡੀਓ ਹੋਵੇਗੀ ਪਲੀਜ਼ ਉਸ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਵੇਖਿਓ ਤੇ ਜਿਹੜੇ ਨਵੇਂ ਆਏ ਵੀਰੋ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਜਿਹੜੇ ਮੇਰੇ ਵੀਰਾਂ ਨੇ ਸਟੇਟਮੈਂਟ ਐਂਡ ਕਨਕਲੂਜ਼ ਪਲੇਲਿਸਟ ਪਈ ਹੈ ਪਲੇਲਿਸਟ ਦੇ ਵਿੱਚ ਦੋ ਵੀਡੀਓਜ਼ ਨੇ ਉਹਨਾਂ ਦੋਵਾਂ ਵੀਡੀਓਜ਼ ਨੂੰ ਦੇਖ ਲਓ ਤੁਹਾਡਾ ਕੈਸਟੇਟਮੈਂਟ ਅਨ ਕਨਕਲੂਜਨ ਚੈਪਟਰ ਕੰਪਲੀਟ ਹੋ ਜਾਵੇਗਾ ਤੇ ਨਾਲ ਹੀ ਆਪਾਂ ਇੰਗਲਿਸ਼ ਦੀ ਜਿਹੜੀਆਂ ਕਲਾਸਾਂ ਦੀ ਗੱਲ ਕੀਤੀ ਸੀ ਮੈਂ ਉਹ ਆਪਾਂ ਇੰਗਲਿਸ਼ ਤੇ ਪੰਜਾਬੀ ਨੂੰ ਆਪਾਂ ਕੰਬਾਈਨ ਕਰਾਂਗੇ ਉਹ ਮੈਂ ਤੁਹਾਨੂੰ ਦੱਸੂਗਾ ਕਿਵੇਂ ਕਰਨਾ ਕਿਉਂਕਿ ਮੈਂ ਸੋਚ ਰਿਹਾ ਵੀ ਇੰਗਲਿਸ਼ ਤੇ ਪੰਜਾਬੀ ਦੀ ਕਲਾਸਾਂ ਜਿਹੜੀਆਂ ਉਹ ਇਕੱਠੀਆਂ ਮਤਲਬ ਇੱਕ ਇੱਕ ਵੀਡੀਓ ਦੇ ਵਿੱਚ ਕਰਦੇ ਕਰਾਂਗੇ ਕੰਪਲੀਟ ਕਿਉਂਕਿ ਜਿਆਦਾ ਫਰਕ ਨਹੀਂ ਇੰਗਲਿਸ਼ ਤੇ ਪੰਜਾਬੀ ਦੇ ਸਿਲੇਬਸ ਦੇ ਵਿੱਚ ਸੋ ਮੈਂ ਉਮੀਦ ਕਰਦਾ ਮੇਰੇ ਵੀਰੋ ਵੀ ਆਪਾਂ ਆਉਣ ਵਾਲੇ ਟਾਈਮ ਵਿੱਚ ਉਹ ਵੀ ਕਵਰ ਕਰ ਲਾਂਗੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਰੀਜ਼ਨਿੰਗ ਦਾ ਨਿਵੇੜਾ ਕਰੀਏ ਕਿਉਂਕਿ ਰੀਜ਼ਨਿੰਗ ਦੇ ਵਿੱਚ 9 ਚੈਪਟਰ ਨੇ ਤੇ ਉਹ 9 ਦੇ 9 ਚੈਪਟਰ ਜਿਹੜੇ ਹੈਗੇ ਕਲੀਅਰ ਕਰ ਦਈਏ ਠੀਕ ਹੈ ਜੀ ਬਾਕੀ ਅੱਜ ਸ਼ਾਮ ਦੀ ਵੀਡੀਓ ਵਿੱਚ ਮਿਲਦੇ ਆ ਸੋ ਮੇਰੇ ਸਾਰੇ ਦੋਸਤਾਂ ਨੂੰ ਅਪੀਲ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤਾਂ ਕਿ ਉਹਨਾਂ ਤੱਕ ਮੈਸੇਜ ਪਹੁੰਚ ਜਾਵੇ ਜਿਹੜੇ ਮੇਰੇ ਵੀਰ ਕਰਨਾ ਚਾਹੁੰਦੇ ਨੇ ਤਿਆਰੀ ਠੀਕ ਹੈ ਜੀ ਸੋ ਟਾਈਮ ਜ਼ਿਆਦਾ ਨਾ ਗਵਾਉਂਦੇ ਹੋਏ ਮੈਂ ਹੁਣ ਪ੍ਰੈਪਰੇਸ਼ਨ ਕਰ ਰਿਹਾ ਹਾਂ ਤੁਹਾਡੀ ਵੀਡੀਓ ਲਈ ਠੀਕ ਹੈ ਜੀ ਸੋ ਆਪਾਂ ਮੈਂ ਤੁਹਾਨੂੰ ਤਾਂ ਅਲਰਟ ਕੀਤਾ ਵੀ ਸਾਰੇ ਮੇਰੇ ਦੋਸਤ ਜਿਹੜੇ ਹੈਗੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਅੱਜ ਵੀਡੀਓ ਆਣੀ ਹੈ ਤੇ ਕਾਪੀ ਪੈਨ ਕੱਢ ਲੈਣ ਤੇ ਬਾਕੀ ਮੈਂ ਥੋੜਾ ਜਿਹਾ ਗੈਪ ਆ ਕੇ ਤਾਂ ਵੀਡੀਓ ਪਾਣਾ ਮੇਰੇ ਵੀਰੋ ਜਿਹੜੇ ਮੈਂ ਤੁਹਾਨੂੰ ਚੈਪਟਰ ਪਹਿਲਾਂ ਸਮਝਾਇਆ ਉਸ ਦੇ ਰਿਲੇਟਡ ਤੁਸੀਂ ਆਨਲਾਈਨ ਕੁਐਸਚਨ ਜਿਹੜੇ ਕੱਢ ਕੇ ਤੁਸੀਂ ਉਹਨੂੰ ਹੱਲ ਕਰਕੇ ਦੇਖੋ ਪ੍ਰੈਕਟਿਸ ਹੋਵੇਗੀ ਜੇ ਮੈਂ ਲਗਾਤਾਰ ਵੀਡੀਓ ਅਪਲੋਡ ਕਰਨ ਲੱਗ ਗਿਆ ਤਾਂ ਤੁਹਾਨੂੰ ਕਨਫਿਊਜ਼ਨ ਹੋ ਜਾਵੇਗੀ ਵੀ ਅਸੀਂ ਤਿਆਰੀ ਕਿਵੇਂ ਕਰੀਏ ਸਰ ਨੇ ਟਾਈਮ ਨਹੀਂ ਸਾਨੂੰ ਦੇ ਰਹੇ ਤੇ ਬਾਕੀ ਤੁਹਾਡੇ ਕੋਲ ਜਿਹੜਾ ਫ੍ਰੀ ਸਮੇਂ ਹੁੰਦਾ ਤੁਸੀਂ ਉਸ ਤੇ ਟਾਈਮ ਤੁਸੀਂ ਜ਼ਿਆਦਾ ਮਤਥ ਮਾਰੋ ਤੁਸੀਂ ਕਿਉਂਕਿ ਇੰਡੀਅਨ ਪੋਲੀਟੀ ਬਹੁਤ ਹਾਰਡ ਹੈ ਥੋੜੀ ਜੀ ਕੋਸ਼ਿਸ਼ ਕਰਾਂਗੇ ਆਪਾਂ ਉਹਨਾਂ ਦੇ ਵੀ ਮੀਨ ਮੈਂ ਤੁਹਾਨੂੰ ਚੀਜ਼ਾਂ ਦੱਸੂਗਾ ਮੈਂ ਠੀਕ ਹੈ ਜੀ ਤੇ ਆਪਣੇ ਕੋਲ ਇਤਨਾ ਸਮਾਂ ਹੈ ਨਹੀਂਗਾ ਵੀ ਤੁਸੀਂ ਜੀਕੇ ਵਗੈਰਾ ਜਿਹੜੀ ਹੈਗੀ ਆਪਾਂ ਕਰ ਲਈਏ ਇਸ ਪੇਜ ਦੇ ਉੱਤੇ ਬਾਕੀ ਤੁਹਾਡੇ ਸਬਜੈਕਟ ਮੈਂ ਕੰਪਲੀਟ ਕਰਾ ਦੂੰਗਾ ਤੁਸੀਂ ਜੀਕੇ ਵੱਲ ਖਾਸ ਕਰਕੇ ਧਿਆਨ ਦਿਓ ਤੇ ਸਾਇੰਸ ਵਿੱਚ ਮੈਂ ਤੁਹਾਨੂੰ ਦੱਸਾਂ ਜਨੂਨ ਬੁੱਕਾਂ ਪੜ੍ਹੋ ਤੁਸੀਂ ਜਿਹੜੀਆਂ ਹੈਗੀਆਂ ਆਪਣੀਆਂ ਪੜਦੇ ਆ ਰਹੇ ਹੋ ਸਾਰੇ ਆਪਣੇ ਮਤਲਬ ਕਿ ਸਾਇੰਸ ਰਿਲੇਟਡ ਫਿਜ਼ਿਕਸ ਥੋੜੀ ਕਰ ਲਓ ਥੋੜੀ ਕੈਮਿਸਟਰੀ ਤੇ ਥੋੜੀ ਕਰ ਲਓ ਆਪਣੀ ਬਾਇਓ ਮਤਲਬ ਜਿਹੜੀਆਂ ਵੀ ਤੁਸੀਂ 10th ਤੋਂ ਲੈ ਕੇ 11th 12th ਦੇ ਵਿੱਚ ਹਲਕੀਆਂ-ਹਲਕੀਆਂ ਬੁੱਕਾਂ ਦੀ ਰੀਡਿੰਗ ਲੈ ਲਓ ਤਾਂ ਕਿ ਤੁਹਾਨੂੰ ਥੋੜੀ-ਬਹੁਤੀ ਨੋਲਿਜ ਹੋ ਜਾਵੇ ਠੀਕ ਹੈ ਸਾਇੰਸ ਫ੍ਰਤੀ ਤੇ ਬਾਕੀ ਮੇਰੇ ਵੀਰਾਂ ਨੂੰ ਇਹ ਅਪੀਲ ਹੈ ਵੀ ਜਿਹੜਾ ਫ੍ਰੀ ਸਮਾਂ ਹੁੰਦਾ ਉਹ ਤੁਸੀਂ ਹੋਰ ਸਬਜੈਕਟਾਂ ਨੂੰ ਲਾਇਆ ਕਰੋ ਜਿਹੜੀ ਮੈਥ ਤੇ ਰੀਜ਼ਨਿੰਗ ਹੈ ਜਿਹੜੀ ਰੀਜ਼ਨਿੰਗ ਵਗੈਰਾ ਤੇ ਇੰਗਲਿਸ਼ ਪੰਜਾਬੀ ਉਹ ਸਭ ਮੇਰੇ ਤੇ ਸੌਂਡ ਦਿਓ ਤੁਹਾਨੂੰ ਮੈਂ ਬਸ ਆ 5 ਮਹੀਨਿਆਂ ਦੇ ਵਿੱਚ ਇੰਨਾ ਕਾਬਿਲ ਕਰ ਦੇਣਾ ਵੀ ਤੁਹਾਡੇ ਜਿਹੜੇ 50 ਪਲੱਸ ਮਾਰਕਸ ਹੈ ਉਹ ਮੇਰੇ ਥਰੂ ਆਣਗੇ ਇਹ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਇਹ ਮੇਰਾ ਤੁਹਾਨੂੰ ਮਤ ਵਾਦਾ ਹੈ ਵੀ ਤੁਸੀਂ ਉੱਥੇ ਜਾ ਕੇ ਤੁਸੀਂ ਪੇਪਰ 'ਚ ਇਹ ਕਹੋਗੇ ਵੀ ਸਰ ਨੇ ਸਾਡਾ ਮਤਲਬ ਕਿ ਤਾਰ ਦਿੱਤਾ ਸਾਨੂੰ ਵੀ ਸਰ ਨੇ ਸਾਡਾ ਮਤਲਬ ਫਿਊਚਰ ਬਣਾ ਦਿੱਤਾ ਤੁਸੀਂ ਪੋਜ਼ਿਟਿਵ ਰਹੋ ਤੇ ਬਾਕੀ ਤੁਹਾਨੂੰ ਟੈਨਸ਼ਨ ਫਰੀ ਹੋ ਜਾਓ ਮੇਰੇ ਵੱਲੋਂ ਤੇ ਬਾਕੀ ਤੁਹਾਨੂੰ ਪੂਰਾ ਮੈਟਰ ਮਿਲੇਗਾ ਜੋ ਤੁਸੀਂ ਇੰਸਟੀਟਿਊਸ਼ਨਸ ਦੇ ਵਿੱਚ ਜਾ ਕੇ ਪ੍ਰਾਪਤ ਕਰਨਾ ਹੈ ਉਹ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਮਿਲਿਆ ਕਰੇਗਾ ਹਰ ਇੱਕ ਚੈਪਟਰ ਨੂੰ ਲੈ ਕੇ ਬੇਫਿਕਰ ਹੋ ਜਾਓ ਬਸ ਤੁਸੀਂ ਠੀਕ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਅਗੇ ਤੁਹਾਨੂੰ ਅੱਛੀ ਲੱਗੀ ਤਾਂ ਲਾਈਕ ਕਰਿਓ ਤੇ ਪੇਜ ਨੂੰ ਨਵੇਂ ਆਏ ਵੀਰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਜਰੂਰ ਪ੍ਰੈਸ ਕਰ ਲੈਣ ਤਾਕੀ ਸ਼ਾਮ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਮੈਂ ਹੁਣ ਤਿਆਰੀ ਕਰਦਾ ਤੁਹਾਡੀ ਵੀਡੀਓ ਦੀ ਸੋ ਥੈਂਕ ਯੂ ਜੀ ਵੀਡੀਓ ਵੇਖਣ ਲਈ ਤੇ ਅਲਰਟ ਸਾਰਿਆਂ ਨੂੰ ਮੈਂ ਇਸੇ ਕਰਕੇ ਕੀਤਾ ਹੈ ਵੀਡੀਓ ਪਾ ਕੇ ਤਾਂ ਕਿ ਸਿਰ ਸਿਰੇ ਸਾਹਮਣੇ ਮਨ ਦੇ ਵਿੱਚ ਇਹ ਨਾ ਹੋਵੇ ਵੀ ਸਰ ਨੇ ਵੀਡੀਓ ਹਜੇ ਅਪਲੋਡ ਨਹੀਂ ਕੀਤੀ ਤੇ ਕੀ ਰੀਜ਼ਨ ਹੋ ਸਕਦਾ ਤੇ ਅੱਜ ਸ਼ਾਮ ਨੂੰ ਤੁਹਾਡੇ ਕੋਲ ਵੀਡੀਓ ਆ ਜਾਵੇਗੀ ਨੰਬਰ ਲੈਟਰ ਸੀਰੀਜ਼ ਦੀ ਸੋ ਥੈਂਕ ਯੂ ਜੀ ਜੈ ਹਿੰਦ